ਦੇਖੋ ਉਹ ਤਾਂ ਢਾਈ ਡੋਕਟਰੂ ਨੇ, ਉਹ ਬਕਾਊ ਲੋਕ ਨੇ ਅਤੇ ਏਜੰਸੀਆਂ ਦੇ ਬੰਦੇ ਆ, ਉਹਨਾਂ ਦਾ ਕੋਈ ਮੁੱਦਾ ਨਹੀਂ, ਕੋਈ ਮਕਸਦ ਨਹੀਂ। ਉਹਨਾਂ ਨੂੰ ਪੌਂਡ ਅਤੇ ਡਾਲਰ ਜਿਹੜੇ ਮਿਲਦੇ ਆ ਏਜੰਸੀਆਂ ਵੱਲੋਂ, ਉਹਦੇ ਲਈ ਉਹਨਾਂ ਨੂੰ ਇਹੋ ਜਿਹਾ ਕੁਛ ਨਾ ਕੁਛ ਕਰਨਾ ਪੈਂਦਾ ਹੈ। ਜਿੱਦਣ ਹਾਈ ਕੋਰਟ ਨੇ ਉਹ ਸਾਰਾ ਫੈਸਲਾ ਕਰਤਾ, ਉਹ ਕੇਸ ਖੋਲ੍ਹ ਲਿਆ, ਅਤੇ ਉਦਣ ਮੈਂ ਸਮਝਦਾ ਪੰਜਾਬ ਦੇ ਲੋਕ ਦਿਵਾਲੀ ਮਨਾਉਣਗੇ, ਪਟਾਕੇ ਚੱਲਣਗੇ। ਦੇਖੋ ਖੁਫੀਆ ਏਜੰਸੀਆਂ ਜਿਹੜੀਆਂ, ਚਾਹੇ ਸਾਡਾ ਸਾਰਾ ਗੌਰਮੈਂਟ ਜਿਹੜੀ ਸਾਡੀ ਪੰਜਾਬ ਦੇ ਵਿੱਚ ਆ, ਕੋਈ ਵੀ ਕਿਤੇ ਪੱਤਾ ਨਹੀਂ ਕੁਸਕਣ ਦਿੰਦੇ। ਅਸੀਂ ਯੂਕੇ ਦੇ ਲੰਡਨ ਵਿੱਚ ਅੱਜ ਹੋ ਰਹੀ ਰੈਫਰੈਂਡਮ 2020 ਦੀ ਰੈਲੀ ਤੇ ਸਾਂਸਦ ਰਵਨੀਤ ਬਿੱਟੂ ਨੇ ਇਸ ਨੂੰ ਖੋਖਲਾ ਕਰਾਰ ਦੱਸਿਆਂ ਕਿਹਾ ਕਿ ਉੱਥੇ ਬਿਕਾਊ ਲੋਕ ਨੇ ਤੇ ਏਜੰਸੀਆਂ ਦੇ ਬੰਦੇ ਨੇ, ਉਹਨਾਂ ਬੰਦਿਆਂ ਦਾ ਕੋਈ ਮੁੱਦਾ ਨਹੀਂ ਹੈ ਤੇ ਨਾ ਹੀ ਕੋਈ ਮਕਸਦ ਹੈ। ਉਹਨਾਂ ਨੂੰ ਪਾਉਂਡ ਤੇ ਡਾਲਰ ਏਜੰਸੀਆਂ ਤੋਂ ਮਿਲਦੇ ਨੇ ਤੇ ਉਸੇ ਦੇ ਲਈ ਹੀ ਉਹਨਾਂ ਨੂੰ ਅਜਿਹਾ ਕੁਝ ਨਾ ਕੁਝ ਕਰਨਾ ਪੈਂਦਾ ਤੇ ਇਹ ਸਾਰੀ ਸਾਜਿਸ਼ ISI ਦੀ ਹੈ। ਉਹਨਾਂ ਕਿਹਾ ਕਿ ਸਾਡੇ ਪੰਜਾਬ 'ਚ ਇੱਕ ਵੀ ਬੰਦਾ ਖਾਲਿਸਤਾਨ ਦੀ ਕੋਈ ਗੱਲ ਨਹੀਂ ਕਰਦਾ ਤੇ ਨਾਲ ਹੀ ਬਿੱਟੂ ਨੇ ਖਾਲਿਸਤਾਨ ਦੀ ਮੰਗ ਕਰਨ ਵਾਲਿਆਂ ਨੂੰ ਚੈਲੰਜ ਦਿੰਦੇ ਹੋਏ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਉਹ ਸਾਡੇ ਲੋਕਤੰਤਰ ਵਿੱਚ ਆਉਣ ਤੇ ਇਲੈਕਸ਼ਨ ਲੜਨ, ਤਾਂ ਪਤਾ ਲੱਗ ਜਾਏਗਾ ਕਿ ਕਿਹੜਾ ਬੰਦਾ ਇਹਨਾਂ ਨੂੰ ਮੂੰਹ ਲਗਾਉਂਦਾ। ਦੇਖੋ ਉਹ ਤਾਂ ਢਾਈ ਡੋਕਟਰੂ ਨੇ, ਉਹ ਬਕਾਊ ਲੋਕ ਨੇ ਤੇ ਏਜੰਸੀਆਂ ਦੇ ਬੰਦੇ ਆ, ਉਹਨਾਂ ਦਾ ਕੋਈ ਮੁੱਦਾ ਨਹੀਂ, ਕੋਈ ਮਕਸਦ ਨਹੀਂ। ਉਹਨਾਂ ਨੂੰ ਪੌਂਡ ਅਤੇ ਡਾਲਰ ਜਿਹੜੇ ਮਿਲਦੇ ਆ ਏਜੰਸੀਆਂ ਵੱਲੋਂ, ਉਹਦੇ ਲਈ ਉਹਨਾਂ ਨੂੰ ਇਹੋ ਜਿਹਾ ਕੁਛ ਨਾ ਕੁਛ ਕਰਨਾ ਪੈਂਦਾ ਹੈ। ਅਤੇ ਇਸ ਕਰਕੇ ਸਾਡੇ ਪੰਜਾਬ, ਸਾਡੇ ਹਿੰਦੁਸਤਾਨ 'ਚ ਇੱਕ ਵੀ ਕੋਈ ਇਨਸਾਨ ਨਾ ਖਾਲਿਸਤਾਨ ਦੀ ਗੱਲ ਕਰਦਾ, ਨਾ ਰੈਫਰੈਂਡਮ 2020 ਦੀ ਗੱਲ ਕਰਦਾ। ਇਹ ਕੋਈ, ਮੈਂ ਕਹਿੰਦਾ ਇਹ ਇੱਕਾ ਦੁੱਕਾ ਬੰਦੇ ਕੋਈ ਮਾਇਨਾ ਨਹੀਂ ਰੱਖਦੇ, ਪਰ ਪੰਜਾਬ ਦੇ ਵਿੱਚ ਇਹਦੀ ਕੋਈ ਗੱਲ ਨਹੀਂ ਕਿ ਕੋਈ ਕਿਤੇ ਰੈਫਰੈਂਡਮ 2020 ਦੀ ਗੱਲ ਨਹੀਂ। ਇਹ ਤਾਂ ਸਿਰਫ ਏਜੰਟ ਨੇ ਜਿਹੜੇ ਕਿਤੇ ਨਾ ਕਿਤੇ ਏਜੰਸੀਆਂ ਦੇ ਬੰਦੇ ਆ, ਉਹ ਪਲਾਂਟ ਕਰਕੇ ਇਹੋ ਜਿਹੀਆਂ ਹਰਕਤਾਂ ਕਰਵਾਉਂਦੇ ਆ। ਜੇ ਹਿੰਮਤ ਆ ਤੇ ਸਾਡੇ ਇੱਥੇ ਡੈਮੋਕ੍ਰੇਸੀ 'ਚ ਲੋਕਤੰਤਰ 'ਚ ਆਉਣ, ਇੱਥੇ ਆ ਕੇ ਇਲੈਕਸ਼ਨਾਂ ਲੜਨ, ਪਤਾ ਲੱਗ ਜੂ ਵੀ ਕਿਹੜਾ ਮੂੰਹ ਲਾਉਂਦਾ। ਨਾਲ ਹੀ ਉਹਨਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਮੋਦੀ ਨੂੰ ਚਾਹੀਦਾ ਸੀ ਕਿ ਸਾਡੇ ਦੇਸ਼ ਨੂੰ ਵੰਡਣ ਦੇ ਮਨਸੂਬੇ ਦੂਜੇ ਦੇਸ਼ ਦੀ ਧਰਤੀ ਤੇ ਬਣਦੇ ਨੇ ਤਾਂ ਉਹਨਾਂ ਨੂੰ ਰੋਕਣਾ ਚਾਹੀਦਾ ਹੈ, ਤੇ ਇਸ ਗੱਲ ਵਿੱਚ ਬੀਜੇਪੀ ਸਰਕਾਰ ਤੇ ਮੋਦੀ ਸਰਕਾਰ ਫੇਲ ਸਾਬਤ ਹੋਈ ਹੈ। ਦੇਖੋ ਇਸ ਗੱਲ 'ਚ ਕਮੀ ਰਹੀ ਆ ਜ਼ਰੂਰ, ਇਹ ਥੋੜ੍ਹਾ ਲੇਟ ਉੱਠੇ ਨੇ। ਅਸੀਂ ਵਾਰ ਵਾਰ ਇਹ ਗੱਲ ਕਹੀ ਸੀ ਵੀ ਜਦੋਂ ਮੋਦੀ ਸਾਹਿਬ ਉੱਥੇ ਜੱਫੀਆਂ ਪਾਉਂਦੇ ਆ ਜਾ ਕੇ ਪ੍ਰਧਾਨ ਮੰਤਰੀਆਂ ਨੂੰ, ਉਹਨਾਂ ਦੇ ਨੂੰ ਬੜੀਆਂ ਬੜੀਆਂ ਗੱਲਾਂ ਕਰਦੇ ਆ, ਰੈਲੀਆਂ 'ਚ ਲੈ ਕੇ ਜਾਂਦੇ ਆ, ਅਤੇ ਇਹਦਾ ਜ਼ਰੂਰ ਡਿਪਲੋਮੈਟਿਕ ਹੱਲ ਜਾਂ ਕੋਈ ਐਕਸਟਰਨਲ ਅਫੇਅਰ ਮਿਨਿਸਟਰ ਦਾ ਕੋਈ ਵੱਡਾ ਡਿਪਲੋਮੈਟ ਜਾਣਾ ਚਾਹੀਦਾ ਸੀ, ਜਿਹੜਾ ਜਾ ਕੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਦੇ ਆਫਿਸ, ਉਹਨਾਂ ਦੇ PM ਨਾਲ ਗੱਲ ਕਰਦਾ, ਉਹਨਾਂ ਦੇ ਐਕਸਟਰਨਲ ਮਿਨਿਸਟਰੀ ਨਾਲ ਗੱਲ ਕਰਦਾ ਵੀ ਸਾਡੇ ਦੇਸ਼ ਨੂੰ ਵੰਡਣ ਦੀਆਂ, ਇੱਕ ਦੂਜੇ ਦੇਸ਼ ਦੇ ਵਿੱਚ ਧਰਤੀ 'ਤੇ ਜੇ ਕੋਈ ਐਸੀਆਂ ਗੱਲਾਂ ਮਨਸੂਬੇ ਬਣਨ ਤਾਂ ਉਹਨੂੰ ਰੋਕਣਾ ਚਾਹੀਦਾ। ਇਹ ਜ਼ਰੂਰ ਇਸ ਗੱਲ 'ਚ BJP ਸਰਕਾਰ, ਮੋਦੀ ਸਾਹਿਬ ਲੇਟ ਹੋਏ ਨੇ ਤੇ ਕਿਤੇ ਨਾ ਕਿਤੇ ਉਹ ਫੇਲ ਹੋਏ ਨੇ ਇਸ ਗੱਲ ਦੇ ਵਿੱਚ। ਉੱਥੇ ਹੀ ਬਿਕਰਮ ਮਜੀਠੀਆ ਦੇ ਕੇਸ ਬਾਰੇ ਬੋਲਦਿਆਂ ਕਿਹਾ ਕਿ ਇਸ ਵੇਲੇ ਜਿਹੜਾ ਕੇਸ ਹੈ ਉਹ ਹਾਈ ਕੋਰਟ ਦੇ ਸਾਹਮਣੇ ਪਿਆ ਤੇ ਜਿਸ ਦਿਨ ਹਾਈ ਕੋਰਟ ਨੇ ਇਸ ਕੇਸ ਨੂੰ ਖੋਲਿਆ ਤਾਂ ਉਸੇ ਦਿਨ ਹੀ ਪੰਜਾਬ ਦੇ ਲੋਕ ਦੀਵਾਲੀ ਮਨਾਉਣਗੇ। ਅਸੀਂ ਹਮੇਸ਼ਾ ਇਹ ਗੱਲ ਕਹੀ ਆ ED 'ਚ, CBI 'ਚ, ਅਤੇ ਉਹ ਤੁਹਾਨੂੰ ਦੱਸਿਆ ਵੀ ਇਸ ਵੇਲੇ ਜਿਹੜਾ ਕੇਸ ਆ ਉਹ ਹਾਈ ਕੋਰਟ ਦੇ ਮੂਹਰੇ ਪਿਆ ਹੈ, ਅਤੇ ਤੁਹਾਨੂੰ ਵਾਰ ਵਾਰ ਇਹ ਕਿਹਾ ਵੀ ਜਿੱਦਣ ਹਾਈ ਕੋਰਟ ਨੇ ਉਹ ਸਾਰਾ ਫੈਸਲਾ ਕਰਤਾ, ਉਹ ਕੇਸ ਖੋਲ੍ਹ ਲਿਆ, ਅਤੇ ਉਦਣ ਮੈਂ ਸਮਝਦਾ ਪੰਜਾਬ ਦੇ ਲੋਕ ਦੀਵਾਲੀ ਮਨਾਉਣਗੇ, ਪਟਾਕੇ ਚੱਲਣਗੇ। ਪੰਜਾਬ 'ਚ ਨਸ਼ੇ ਦੀ ਸਮੱਸਿਆ ਤੇ ਉਹਨਾਂ ਸਾਬਕਾ ਅਕਾਲੀ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਨਾਲ ਹੀ ਉਹਨਾਂ ਕਿਹਾ ਕਿ ਹਰਿਆਣਾ, ਹਿਮਾਚਲ ਵਰਗੇ ਰਾਜਾਂ ਤੋਂ ਨਸ਼ਾ ਆ ਰਿਹਾ ਜਿੱਥੇ ਭਾਜਪਾ ਦੀ ਸਰਕਾਰ ਹੈ। ਦੇਖੋ ਖੁਫੀਆ ਏਜੰਸੀਆਂ ਜਿਹੜੀਆਂ, ਚਾਹੇ ਸਾਡਾ ਸਾਰਾ ਗੌਰਮੈਂਟ ਜਿਹੜੀ ਸਾਡੀ ਪੰਜਾਬ ਦੇ ਵਿੱਚ ਆ, ਕੋਈ ਵੀ ਕਿਤੇ ਪੱਤਾ ਨਹੀਂ ਕੁਸਕਣ ਦਿੰਦੇ। ਅਸੀਂ ਜਿਹੜੇ ਇਹੋ ਜਿਹੇ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਬਿਲਕੁਲ ਕਿਸੇ ਪਾਸੇ ਵੀ ਸਿਰ ਨਹੀਂ ਚੁੱਕਣ ਦਿੱਤਾ ਜਾਊਗਾ। ਇਹ ਲੋਕਾਂ ਨੂੰ ਪਹਿਲਾਂ ਵੀ ਸਬਕ ਸਿਖਾਇਆ ਅਤੇ ਆਉਣ ਵਾਲੇ ਦਿਨਾਂ 'ਚ ਵੀ ਸਾਡੇ ਪੰਜਾਬ ਦੇ ਲੋਕ, ਕਿਉਂਕਿ ਲੋਕਾਂ ਤੋਂ ਬਗੈਰ ਗੱਲ ਨਹੀਂ ਗੀ, ਲੋਕ ਆਪਣੇ ਦੇਸ਼ ਨਾਲ ਨੇ, ਲੋਕ ਆਪਣੀ ਸਰਕਾਰ ਨਾਲ ਨੇ, ਅਤੇ ਉਹ ਲੋਕ ਬਿਲਕੁਲ ਵੀ ਇਹ ਲੋਕਾਂ ਨੂੰ ਮੂੰਹ ਨਹੀਂ ਲਾਉਣਗੇ। ਨਾ ਇਹ ਕਿਤੇ ਬਾਹਰ ਵੀ, ਮੈਂ ਜੇ ਮੈਂ ਗੱਲ ਕਰਾਂ, ਬਾਹਰ ਵੀ ਜਿਹੜੇ ਸਾਡੇ NRI ਨੇ ਉਹ ਲੱਖਾਂ ਦੀ ਗਿਣਤੀ 'ਚ, ਉਹ ਹਿੰਦੁਸਤਾਨ ਨਾਲ ਨੇ, ਉਹ ਪੰਜਾਬ ਦੇ ਨਾਲ ਨੇ। ਇਹ ਮੈਂ ਤੁਹਾਨੂੰ ਕਿਹਾ ਚੰਦ ਲੋਕ ਨੇ ਜਿਹੜੇ ਪਹਾੜੇ ਦੇ ਟੱਟੂ ਨੇ, ਇਹਨਾਂ ਤੋਂ ਬਾਹਲਾ ਇਹਨਾਂ ਦਾ ਨਾ ਧਿਆਨ ਦੇਣ ਦੀ ਲੋੜ ਆ। ਇਹ ਇਹੋ ਜਿਹੀਆਂ ਹਰਕਤਾਂ ਕਰਦੇ ਰਹਿੰਦੇ ਨੇ, ਇਹਨਾਂ ਨੇ ਕਰਦੇ ਰਹਿਣਾ,
क्योंकि इन्हां दे पिछों पैसा कम करदा, डॉलर पाउंड कम करदे आ। तो मैं लोगों को अपील करदा भी इन्हां नूं ना सुनन दी लोड़ आ, ना इन्हां नूं मूंह लाउण दी लोड़ आ, इह पाड़े दे टट्टू ने। लुधियाणा तो अनुपम महिंद्रू की रिपोर्ट, चैनल पंजाब।